ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ? ਠੀਕ ਠਾਕ ਹੋ? ਅੱਜ ਮੈਂ ਹੁਣ ਰਸਤੇ 'ਚ ਜਾ ਰਿਹਾ, ਅਸੀਂ ਪਹੁੰਚ ਰਹੇ ਹਾਂ ਹੁਸ਼ਿਆਰਪੁਰ। ਹਮੇਸ਼ਾ ਦੀ ਤਰ੍ਹਾਂ ਅੱਜ ਜਿਹੜਾ ਧਰਨਾ ਹੈ ਉਹ ਹੁਸ਼ਿਆਰਪੁਰ ਲਾ ਰਹੇ ਹਾਂ। ਨਸ਼ਿਆਂ ਦੇ ਖਿਲਾਫ ਜਿਸ ਪ੍ਰਕਾਰ ਰੋਜ਼ਾਨਾ ਨਸ਼ੇ ਵੱਧਦੇ ਜਾ ਰਹੇ ਨੇ, ਔਰ ਮੇਰਾ ਖਿਆਲ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਪੰਜਾਬ ਨਸ਼ੇ ਦੇ, ਮੈਨੂੰ ਲੱਗਦਾ, ਜਾਲ ਵਿੱਚ, ਇਸ ਦਲਦਲ ਦੇ ਵਿੱਚ ਫਸਦਾ ਜਾ ਰਿਹਾ, ਔਰ ਕਿਸ ਪ੍ਰਕਾਰ ਇਹਦੀ ਲੜਾਈ ਲੜਨੀ ਹੈ, ਇਹਦੇ 'ਤੇ ਬਹੁਤ ਗੰਭੀਰਤਾ ਦੇ ਨਾਲ ਸੋਚਣ ਦੀ ਅਤੇ ਵਿਚਾਰਨ ਦੀ ਲੋੜ ਹੈ ਸਰਕਾਰਾਂ ਨੂੰ ਅਤੇ ਸਾਨੂੰ ਸਾਰਿਆਂ ਨੂੰ। ਇਹ ਅੱਜ ਦਾ ਨਸ਼ਾ ਨਹੀਂ, ਬਥੇਰਾ ਚਿਰ ਹੋ ਗਿਆ ਇਸ ਨਸ਼ੇ ਦੀ ਦਲਦਲ। ਇਹ ਜਿਹੜਾ ਨਸ਼ਾ ਚਿੱਟਾ ਹੈ, ਇਹ ਮਗਰਲੀ ਜਦੋਂ, ਮੇਰਾ ਖਿਆਲ ਇਹਦੀ ਨੀਂਹ ਮਗਰਲੀ ਜਿਹੜੋ ਅਕਾਲੀ ਦਲ ਦੀ 10 ਸਾਲ ਸਰਕਾਰ ਸੀ ਉਹਦੇ 'ਚ ਰੱਖੀ ਗਈ ਸੀ। ਹੁਣ ਇਹ ਨੀਂਹ ਦਿਨ ਬ ਦਿਨ ਬਹੁਤ ਜ਼ਿਆਦਾ ਪੱਕੀ ਹੁੰਦੀ ਜਾ ਰਹੀ ਹੈ। ਸੋ ਅਗਰ ਇਹਦੇ 'ਤੇ ਪੂਰਨ ਵਿਚਾਰ ਨਾ ਕੀਤਾ ਸਰਕਾਰਾਂ ਨੇ ਅਤੇ ਪੋਲੀਟੀਸ਼ਨਾਂ ਅਤੇ ਪੁਲਿਸ ਲੋਕਾਂ ਨੇ ਅਤੇ ਪੰਜਾਬ ਦੇ ਲੋਕਾਂ ਨੇ, ਇਹ ਫਿਰ ਕਦੇ ਠੀਕ ਨਹੀਂ ਹੋਣਾ ਪੰਜਾਬ। ਸੋ ਇਸ ਕਰਕੇ ਇਹ ਅੱਜ ਨਸ਼ੇ ਨੂੰ ਲੈ ਕੇ ਅਸੀਂ ਹੁਸ਼ਿਆਰਪੁਰ ਵਿਖੇ ਇੱਕ ਧਰਨਾ ਰੱਖਿਆ, ਜਿਹਦੇ ਵਿੱਚ ਅਸੀਂ ਤੇ ਔਰ ਇਹ ਸਾਰੀਆਂ ਗੱਲਾਂ 'ਤੇ ਗੱਲ ਕਰਨੀ। ਸੋ ਮੈਂ ਇਹ ਨਹੀਂ ਕਿ ਕੇਵਲ ਇਕੱਲਾ ਕਿਸੇ ਨੂੰ ਕੋਸਣ ਚੱਲੇ, ਜਿੱਥੇ ਸਰਕਾਰ ਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਸੁਝਾਅ ਵੀ ਦੇਣ ਲੱਗਿਆ ਕਿ ਭਾਈ ਇਹਦੇ 'ਤੇ ਵਿਚਾਰ ਕਰੋ, ਇੱਧਰ ਉੱਧਰ ਦੀਆਂ ਗੱਲਾਂ ਛੱਡ ਕੇ ਜੇ ਇਹਦੇ 'ਤੇ ਵਿਚਾਰ ਕਰਾਂਗੇ, ਜੇ ਜਵਾਨੀ ਬਚ ਗਈ, ਜਿਹਦਾ ਘਰ ਨਸ਼ੇ ਤੋਂ ਬਚ ਗਿਆ ਉਹ ਪਰਿਵਾਰ ਬਚ ਗਿਆ, ਉਹ ਦਿਹਾੜੀ ਚਲਾ ਕੇ ਕੰਮ ਖਾ ਲੂ ਕਰ ਲੂ ਆਪਦਾ ਘਰ ਚਲਾ ਲੂਗਾ, ਲੇਕਿਨ ਜੇ ਮੁੰਡਾ ਹੀ ਨਸ਼ੇ 'ਤੇ ਲੱਗ ਗਿਆ ਤਾਂ ਫਿਰ ਨਾ ਦਿਹਾੜੀ। ਸੋ ਇਸ ਕਰਕੇ ਅੱਜ ਇਹ ਧਰਨਾ ਹੈ, ਔਰ ਉਸ ਤੋਂ ਬਾਅਦ ਧਰਨੇ ਤੋਂ ਬਾਅਦ ਤੁਸੀਂ ਸਾਰੇ ਪਹੁੰਚੋ ਹੁਮ ਹੁਮਾ ਕੇ ਹੁਸ਼ਿਆਰਪੁਰ, ਠੀਕ 10:30 ਵਜੇ ਮੈਂ ਪਹੁੰਚ ਜੂੰਗਾ। ਔਰ ਦੂਜਾ, ਇਸ ਤੋਂ ਬਾਅਦ ਨਾਭੇ ਪਹੁੰਚਾਂਗੇ, ਨਾਭੇ ਇੱਕ ਟੂਰਨਾਮੈਂਟ ਹੈ, ਕੋਸ਼ਿਸ਼ ਕਰਾਂਗਾ, ਬਹੁਤ ਲੰਮਾ ਸਫ਼ਰ ਹੈ ਇੱਥੋਂ, ਬਟ ਉਹਨਾਂ ਨੇ ਪ੍ਰੋਗਰਾਮ ਰੱਖਿਆ ਹੋਇਆ ਹੈ ਪਹੁੰਚਣ ਦੀ, ਉੱਥੇ ਹਾਂਜੀ ਕੁਸ਼ਤੀ ਦੰਗਲ ਹੈ, ਉੱਥੇ ਵੀ ਪਹੁੰਚਣ ਦੀ ਕੋਸ਼ਿਸ਼ ਕਰਨੀ ਹੈ। ਔਰ ਦੁਆਵਾਂ ਦਿੰਦੇ ਰਿਹਾ ਕਰੋ, ਪਿਆਰ ਦਿੰਦੇ ਰਿਹਾ ਕਰੋ, ਆਸ਼ੀਰਵਾਦ ਦਿੰਦੇ ਰਿਹਾ ਕਰੋ, ਥੋੜ੍ਹੀਆਂ ਮੋਟੀਆਂ ਕਦੇ ਗਲਤੀਆਂ ਵੀ ਹੋ ਜਾਂਦੀਆਂ ਉਹਨੂੰ ਮਾਫ਼ ਵੀ ਕਰਦੇ ਰਿਹਾ ਕਰੋ, ਔਰ ਦੱਸਦੇ ਵੀ ਰਿਹਾ ਕਰੋ, ਜਿੱਥੇ ਕੋਈ ਗਲਤੀ ਹੋਏਗੀ ਉਹਨੂੰ ਆਪਣੇ ਆਪ 'ਚ ਸੁਧਾਰ ਵੀ ਕਰਾਂਗੇ। ਹੋਰ ਤੁਹਾਡੇ ਸੁਝਾਵਾਂ ਦੀ ਉਡੀਕ ਕਰਦਾ ਰਹੂੰਗਾ, ਤੁਹਾਨੂੰ ਲੱਗੇ ਕਿ ਕਿਸੇ ਪੰਜਾਬ ਦੇ ਮੁੱਦੇ 'ਤੇ ਹੋਰ ਕੋਈ ਮੁੱਦੇ ਚੱਕਣ ਵਾਲੇ ਜਿਨ੍ਹਾਂ 'ਤੇ ਸਾਨੂੰ ਗੱਲ ਕਰਨ ਦੀ ਲੋੜ ਹੈ ਉਹ ਵੀ ਦੱਸਦੇ ਰਿਹਾ ਕਰੋ। ਅਤੇ ਚਲੋ ਫਿਰ ਮਿਲਦੇ ਹਾਂ ਹੁਸ਼ਿਆਰਪੁਰ, ਠੀਕ 10:30 ਵਜੇ ਧਰਨੇ 'ਚ। ਸਤਿ ਸ਼੍ਰੀ ਅਕਾਲ।